ਇੱਕ ਉਹ ਜਿਹੜੇ ਦਾਸ ਸਿ ਉਹ ਉਸਤਾਦ ਸੀ ਗੁਰਮਖ ਪਿਆਰੇ ਬਾਬਾ ਪ੍ਰੇਮੀ ਜੀ ਬਾਬਾ ਕਰਤਾਰ ਸਿੰਘ ਜੀ ਪ੍ਰੇਮੀ ਜੀ ਉਹਨਾਂ ਨੇ ਇੱਕ ਹੱਡ ਵੀਤੀ ਆਪਣੀ ਘਟਨਾ ਸੁਣਾਈ ਉਹ ਕਹਿਣ ਲੱਗੇ ਜਦੋਂ ਮੈਂ ਮਹਾਪੁਰਖਾਂ ਦੇ ਕੋਲੋਂ ਗੁਰਬਾਣੀ ਦੀ ਸੰਥਿਆ ਕੀਤੀ ਕਥਾ ਨਹੀਂ ਸਿੱਖੀ ਸੀ ਤੇ ਮਹਾਪੁਰਖਾਂ ਨੇ ਆਪ ਉਹਨਾਂ ਨੂੰ ਸੰਥਿਆ ਕਰਵਾਈ ਸੀ ਤੇ ਜਦੋਂ ਮਹਾਂਪੁਰਖਾਂ ਨੇ ਸੰਥਿਆ ਕਰਵਾਈ ਤੇ ਕਹਿਣ ਲੱਗੇ ਲਓ ਪ੍ਰੇਮੀ ਜੀ ਅਸੀਂ ਤੁਹਾਨੂੰ ਹੁਣ ਸੰਥਿਆ ਕਰਵਾ ਦਿੱਤੀ ਹੈ ਵੀ ਹੁਣ ਤੁਸੀਂ ਅੱਗੇ ਗਾਂ ਸਿੰਘਾਂ ਨੂੰ ਪੜਾਇਆ ਕਰੋ ਪ੍ਰੇਮੀ ਜੀ ਕਹਿਣ ਲੱਗੇ ਮੇਰੇ ਮਨ ਦੇ ਵਿੱਚ ਖਿਆਲ ਆਇਆ ਵੀ ਮਹਾਂਪੁਰਖਾਂ ਨੇ ਮੇਰੇ ਤੇ ਪਰਉਪਕਾਰ ਕੀਤਾ ਹੈ ਸੰਥਿਆ ਕਰਵਾਈ ਹੈ ਤੇ ਮੇਰਾ ਵੀ ਕੋਈ ਫਰਜ਼ ਬਣਦਾ ਮੈਂ ਹੁਣ ਮਹਾਂਪੁਰਖਾਂ ਦੀ ਸੇਵਾ ਕਰਾਂ ਹੁਣ ਮਹਾਪੁਰ ਕੋਈ ਫੀਸਤਾ ਲੈਂਦੇ ਨਹੀਂ ਸੀ ਨਾ ਮਾਇਆ ਨਾ ਹੋਰ ਕੋਲੋਂ ਸਾਲ ਵਿਦਿਆਰਥੀਆਂ ਨੂੰ ਕੋਈ ਕੋਈ ਗ੍ਰੰਥ ਪੋਸਤਕ ਚਾਹੀਦਾ ਸੀ ਬਸਰ ਉਹ ਦਵਾਈ ਬੂਟੀ ਕਰਾਇਆ ਪਾੜਾ ਮਹਾਪੁਰ ਕੋਲੋਂ ਹੀ ਦਿੰਦੇ ਸਨ ਲੈਂਦੇ ਕਿਸੇ ਕੋਲੋਂ ਕੁਝ ਵੀ ਨਹੀਂ ਸੀ ਫਿਰ ਉਹਨਾਂ ਸੋਚਿਆ ਵੀ ਹੁਣ ਵੀ ਮਹਾਪੁਰਖਾਂ ਦੀ ਸੇਵਾ ਕਰਨੀ ਹੈ ਤੇ ਮਹਾਪੁਰਖਾਂ ਨੂੰ ਜਾ ਕੇ ਬੇਨਤੀ ਕੀਤੀ ਕਹਿੰਦੇ ਮਹਾਪੁਰਖੋ ਤੁਸੀਂ ਮੈਨੂੰ ਸੰਤਿਆ ਕਰਵਾਈ ਹੈ ਉਸ ਵੇਲੇ ਮੈਂ ਸੰਥਿਆ ਕਰ ਰਿਹਾ ਸੀ ਮੈਥੋਂ ਸੇਵਾ ਨਹੀਂ ਹੋਈ ਤੇ ਹੁਣ ਮੇਰਾ ਮਨ ਦੇ ਵਿੱਚ ਫੁਰਨਾ ਵੀ ਮੈਂ ਤੁਹਾਡੀ ਸੇਵਾ ਕਰਾਂ ਮਾਪੂ ਕਹਿਣ ਲੱਗੇ ਕਿ ਸਾਡੀ ਤੇ ਕੋਈ ਛਾ ਨਹੀਂ ਜੇ ਤੇਰੇ ਮਨ ਦਾ ਫੁਰਨਾ ਹੋ ਗਿਆ ਤੇ ਚੱਲ ਵੱਖਰੀ ਗੱਲ ਹੈ ਤੂੰ ਆ ਜਾ ਕਰ ਪ੍ਰੇਮੀ ਜੀ ਕਹਿੰਦੇ ਜੇ ਗਰਮੀ ਦਾ ਮੌਸਮ ਹੁੰਦਾ ਸੀ ਕਈ ਵਾਰੀ ਮੈਂ ਪੱਖਾ ਚੱਲਣ ਲੱਗ ਜਾਣਾ ਉਸ ਵੇਲੇ ਹੱਥਾਂ ਵਾਲੇ ਪੱਖੇ ਹੁੰਦੇ ਸਨ ਤੇ ਕਈ ਵਾਰੀ ਜੇ ਕੋਈ ਪੱਖੇ ਵਾਲਾ ਸਿੰਘ ਹੋਣਾ ਤੇ ਮੈਂ ਮਹਾਪੁਰਖਾਂ ਦੇ ਚਰਨ ਘੋਟਣ ਲੱਗ ਜਾਣਾ ਉਹ ਕਈ ਸਿੰਘ ਇਸ ਤਰ੍ਹਾਂ ਵੀ ਆਪਣੀ ਖੁਸ਼ੀ ਨਾਲ ਸੇਵਾ ਕਰਨੀ ਚਾਹੁੰਦੇ ਹੁੰਦੇ ਸੀ ਉਹ ਪ੍ਰੇਮੀ ਜੀ ਨੇ ਦੱਸਿਆ ਵੀ ਇੱਕ ਦਿਨ ਮਹਾਪੁਰਖ ਨਪੈਰ ਦਾ ਸਮਾ ਸੀ ਤੇ ਬਰਾਜੇ ਸਨ ਤੇ ਮੈਂ ਲੱਤਾਂ ਘੋਟ ਰਿਹਾ ਸੀ ਮੇਰੇ ਮਨ ਦੇ ਅੰਦਰ ਹੀ ਕਈ ਫੁਰਨੇ ਉੱਠਣ ਲੱਗੇ ਮਨ ਦਾ ਸੁਭਾਈ ਹੈ ਤੇ ਮੈਂ ਮਨ ਦੇ ਵਿੱਚ ਇਹ ਸੋਚਣ ਲੱਗਿਆ ਵੀ ਹੁਣ ਪਾਠੀ ਬਣ ਗਏ ਆ ਮਾਹ ਪੁਰਖਾਂ ਨੇ ਆਪ ਸੰਥਿਆ ਕਰਵਾਈ ਹੈ ਤੇ ਹੁਣ ਮਾਹ ਪੁਰਖਾਂ ਦੇ ਨਾਲ ਥੋੜਾ ਬਹੁਤ ਸਮਾਂ ਸੇਵਾ ਕਰਾਂਗੇ ਉਸ ਤੋਂ ਬਾਅਦ ਫਿਰ ਪਿੰਡ ਜਾਵਾਂਗੇ ਤੇ ਪਿੰਡ ਜਾ ਕੇ ਪਾਠੀ ਬਣ ਗਏ ਆ ਤੇ ਸਹਿਜ ਪਾਠ ਅਖੰਡ ਪਾਠ ਕਰਾਂਗੇ ਮਾਇਆ ਮਿਲੇਗੀ ਫਿਰ ਹੌਲੀ ਹੌਲੀ ਜਦੋਂ ਮਾਇਆ ਇਕੱਠੀ ਹੋ ਗਈ ਫਿਰ ਇਹ ਘੜੀ ਲਾਵਾਂਗੇ ਫੁਰਨੇ ਹੁੰਦੇ ਨੇ ਨਾ ਤੇ ਫਿਰ ਮਨ ਦੇ ਵਿੱਚ ਫੁਰਨਾ ਹੋਇਆ ਤੇ ਘੜੀ ਤੋਂ ਬਾਅਦ ਹੋਰ ਮਾਇਆ ਇਕੱਠੀ ਹੋਈ ਫਿਰ ਸਾਈਕਲ ਲੈ ਲਵਾਂਗੇ ਉਹ ਸਾਈਕਲ ਵੀ ਮੋਟਰਸਾਈਕਲ ਨਾਲੋਂ ਵਾਧੂ ਹੁੰਦਾ ਸੀ ਮਨ ਦੇ ਵਿੱਚ ਫੁਰਨੇ ਉੱਠਦੇ ਗਏ ਫਿਰ ਉਹ ਅਖੀਰ ਦੇ ਉੱਤੇ ਕਹਿੰਦੇ ਮਨ ਦੇ ਵਿੱਚ ਇਹ ਫੁਰਨਾ ਹੋਇਆ ਵੀ ਫਿਰ ਹੋਰ ਮਾਇਆ ਇਕੱਠੀ ਹੋ ਗਈ ਫਿਰ ਵਿਆਹ ਕਰਾ ਲਵਾਂਗੇ ਜਦੋਂ ਵਿਆਹ ਤੇ ਗੱਲ ਗਈ ਤੇ ਮਹਾਪੁਰਖ ਪਹਿਲਾਂ ਨੇਤਰ ਬੰਦ ਸੀ ਬਰਾਜੇ ਹੋਏ ਸੀ ਤੇ ਇਕਦਮ ਉੱਠ ਕੇ ਬੈਠ ਗਏ ਤੇ ਬੜੇ ਵਖਰੇ ਜਿਹੀ ਅੰਦਾਜ਼ ਦੇ ਵਿੱਚ ਪ੍ਰੇਮੀ ਜੀ ਕਹਿੰਦੇ ਮੇਰੇ ਵਾਲ ਘੂਰ ਕੇ ਝਾਕੇ ਮੈਨੂੰ ਕਹਿੰਦੇ ਗੁਰਮੁਖਾ ਜੀ ਹੋਏ ਫੁਰਨੇ ਕਰਨੇ ਚਲਿਆ ਜਾ ਪੈਂਟ ਨੂੰ ਪ੍ਰੇਮੀ ਜੀ ਕਹਿੰਦੇ ਮੇਰੇ ਪੈਰਾਂ ਹਟੋਂ ਜ਼ਮੀਨ ਖਿਸ ਗਈ ਵੀ ਮੇਰੇ ਮਨ ਦੇ ਵਿੱਚ ਇਹ ਫੁਰਨੇ ਚੱਲ ਰਹੇ ਸੀ ਤੇ ਮਹਾਪੁਰਖ ਬਰਾਜੇ ਸੀ ਇਹਨਾਂ ਨੂੰ ਕਿਵੇਂ ਪਤਾ ਲੱਗ ਗਿਆ ਫਿਰ ਮੈਂ ਉਸ ਵੇਲੇ ਕੋਈ ਕੁਝ ਨਹੀਂ ਕਹਿ ਸਕਿਆ ਬੋਲ ਨਹੀਂ ਸਕਿਆ ਤੇ ਜਦੋਂ ਮਹਾਪੁਰਖਾਂ ਨੇ ਆਖਿਆ ਵੀ ਤੂੰ ਚਲਿਆ ਜਾ ਪਿੰਡ ਨੂੰ ਤੇ ਮੈਂ ਨਿੰਮੋ ਝੂਣਾ ਹੋਇਆ ਤੇ ਬਸ ਆਈ ਸਿਰਨਵਾਖੇ ਉੱਚੀ ਫਤਿਹ ਵੀ ਨਹੀਂ ਬੁਲਾਈ ਗਈ ਮੈਂ ਬਾਹਰ ਨਿਕਲਿਆ ਤੇ ਬਾਹਰ ਨਿਕਲ ਕੇ ਜਦੋਂ ਮੈਂ ਆਪਣੇ ਆਸਨ ਤੇ ਆਇਆ ਮਨ ਵਿੱਚ ਸੋਚਣ ਲੱਗਿਆ ਵੀ ਮਹਾਪੁਰਖਾਂ ਦੇ ਨਾਲ ਆਪਾਂ ਬ੍ਰਹਮ ਦਾ ਫੁਰਨਾ ਕੀਤਾ ਸੀ ਵੀ ਕੁਝ ਸਮਾਂ ਰਹਿ ਕੇ ਸੇਵਾ ਕਰਾਂਗੇ ਪਰ ਮਹਾਪੁਰਖ ਤਾਂ ਦਿਲ ਦੀਆਂ ਬੋਝ ਲੈ ਲੈਂਦੇ ਆ ਮਨ ਦਾ ਉਸ ਬਾਦ ਚੰਗੇ ਮਾੜੇ ਫੁਰਨੇ ਉਠਾਉਂਦਾ ਰਹਿੰਦੇ ਤੇ ਮਹਾਪੁਰਖਾਂ ਕੋਲੋਂ ਤਾਂ ਕੁਝ ਲੁਕਾਇਆ ਨਹੀਂ ਜਾਣਾ ਇਦੋਂ ਚੰਗਾ ਇਹ ਹੀ ਆ ਵੀ ਆਗਿਆ ਲੈ ਕੇ ਪਿੰਡ ਜਾਣੇ ਆ ਤੇ ਉੱਥੇ ਜਾ ਕੇ ਜੋ ਮਰਜ਼ੀ ਕਰਾਂਗੇ ਮौजਾਂ ਮਾਣਾਂਗੇ ਫਿਰ ਮਨ ਵਿੱਚ ਸੋਚਿਆ ਵੀ ਹੂੰ ਛੁੱਟੀ ਲੈਣ ਦੀ ਬਹਾਨਾ ਵੀ ਕੋਈ ਚਾਹੀਦਾ ਤੇ ਪ੍ਰੇਮ ਜੀ ਨੇ ਸਾਰੀ ਆਪਣੀ ਹੱਡ ਬੀਤੀਏ ਦਾਸਤਾਨ ਦਾਸ ਨੂੰ ਸੁਣਾਈ ਸੀ ਉਹ ਕਹਿੰਦੇ ਫਿਰ ਮੈਂ ਸੋਚਿਆ ਵੀ ਮੇਰੀ ਮਾਤਾ ਢਿੱਲੀ ਆ ਵੀ ਮੇਰੀ ਮਾਤਾ ਵੀ ਮੈਨੂੰ ਸੁਨੇਹਾ ਦੇਂਦੀ ਆ ਮੈਨੂੰ ਆ ਕੇ ਮਿਲ ਕੇ ਜਾ ਪ੍ਰੇਮ ਜੀ ਕਹਿੰਦੇ ਫਿਰ ਮੈਂ ਮਨ ਦੇ ਵਿੱਚ ਇਹ ਬਹਾਨਾ ਬਣਾ ਕੇ ਵੀ ਮੈਂ ਮਾਤਾ ਨੂੰ ਮਿਲਣ ਵਾਸਤੇ ਜਾਣਾ ਤੇ ਫਿਰ ਛੁੱਟੀ ਲੈ ਲੈਣੀ ਤੇ ਜਦੋਂ ਮੈਂ ਮਹਾਪੁਰਖਾਂ ਦੇ ਕੋਲ ਗਿਆ ਤੇ ਮੇਰੇ ਮਨ ਦੇ ਵਿੱਚ ਹੀ ਸੀ ਵੀ ਮੈਂ ਹੁਣ ਬੇਨਤੀ ਕਰਾਂ ਤੇ ਮਹਾਪੁਰਖ ਮੈਨੂੰ ਦੇਖ ਕੇ ਕਹਿੰਦੇ ਹੁਣ ਮਾਂ ਚੇਤੇ ਆ ਗਈ ਉਹ ਗੱਲ ਕਹਿਣ ਨਹੀਂ ਦਿੱਤੀ ਪਹਿਲਾਂ ਹੀ ਫੁਰਨਾ ਬੁੱਝ ਲਿਆ ਤੇ ਪ੍ਰੇਮੀ ਜੀ ਕਹਿੰਦੇ ਮੈਂ ਹੱਕਾ ਬੱਕਾ ਰਹਿ ਗਿਆ ਵੀ ਹੁਣ ਮੈਂ ਦੱਸੋ ਕਰਾਂ ਤਾਂ ਕੀ ਕਰਾਂ ਫੇਰ ਮਹਾਪੁਰ ਕਹਿਣ ਲੱਗੇ ਵੀ ਦੱਸ ਸੱਚ ਦੱਸ ਤੇਰੇ ਮਨ ਦੇ ਵਿੱਚ ਕੀ ਗੱਲ ਆ ਕਹਿੰਦਾ ਮਹਾਰਾਜ ਪਹਿਲਾਂ ਤਾਂ ਮੇਰਾ ਇਰਾਦਾ ਸੀ ਤੁਹਾਡੇ ਕੋਲ ਰਹਿਣਾ ਔਰ ਹੁਣ ਮੈਂ ਤੁਹਾਡੇ ਕੋਲ ਹੀ ਨਹੀਂ ਰਹਿ ਸਕਦਾ ਤੁਸੀਂ ਮੰਨਦੀਆਂ ਗੱਲਾਂ ਬੁੱਝ ਲੈਂਦੇ ਹੋ ਮਨ ਦੇ ਵਿੱਚ ਤਾਂ ਬਹੁਤ ਕੁਝ ਚੱਲਦਾ ਰਹਿੰਦਾ ਤੇ ਇਸ ਲਈ ਹੁਣ ਮੈਂ ਛੁੱਟੀ ਦੇ ਦਿਓ ਮੈਂ ਪਿੰਡ ਹੀ ਜਾਣਾ ਮਾਪੁਰ ਕਹਿਣ ਲੱਗੇ ਜੇ ਪਿੰਡ ਗਿਆ ਫਿਰ ਕਿਹੜਾ ਨਹੀਂ ਪਤਾ ਲੱਗਣਾ ਉੱਥੇ ਤੂੰ ਕੀ ਕਰੇਗਾ ਜੋ ਉੱਥੇ ਕਰੇਗਾ ਉਹਦਾ ਵੀ ਪਤਾ ਤੇ ਲੱਗ ਹੀ ਜਾਣਾ ਪ੍ਰੇਮੀ ਜੀ ਕਹਿੰਦੇ ਮੈਂ ਹੈਰਾਨ ਹੋ ਗਿਆ ਮੈਂ ਕਿਹਾ ਵੀ ਹੁਣ ਫਿਰ ਕਰੀਏ ਕੀ ਫਿਰ ਅਖੀਰ ਮੈਂ ਹੱਥ ਜੋੜ ਕੇ ਬੇਨਤੀ ਕੀਤੀ ਮਹਾਪੁਰ ਕੋ ਹੁਣ ਮੈਨੂੰ ਨਹੀਂ ਪਤਾ ਮੈਂ ਕੀ ਕਰਨਾ ਕਿੱਥੇ ਜਾਣਾ ਕਿੱਥੇ ਰਹਿਣਾ ਹੁਣ ਤੁਸੀਂ ਵਚਨ ਕਰ ਦਿਓ ਜਿਵੇਂ ਤੁਸੀਂ ਕਹੋਗੇ ਮੈਂ ਤੁਹਾਡਾ ਵਚਨ ਮੰਨੂਗਾ ਤੇ ਫਿਰ ਮਹਾਪੁਰ ਕਹਿਣ ਲੱਗੇ ਪ੍ਰੇਮੀ ਜੀ ਅਸੀਂ ਤੁਹਾਨੂੰ ਪੜਾਇਆ ਤੁਸੀਂ ਗਾਂ ਸਿੰਘਾਂ ਨੂੰ ਪੜਾਓ ਪ੍ਰੇਮੀ ਜੀ ਕਹਿੰਦੇ ਫਿਰ ਮੈਂ ਆਖਿਆ ਵੀ ਹੁਣ ਮੈਂ ਤਾਂ ਜ਼ਿੰਦਗੀ ਨਾਲ ਹੀ ਰਹਿਣਾ ਤੁਹਾਡੇ ਤੇ ਸਿੰਘਾਂ ਨੂੰ ਵਿੱਦਿਆ ਪੜਾਉਣੀ ਆ ਸੇਵਾ ਕਰਨ ਮੈਂ ਤੁਹਾਨੂੰ ਛੱਡ ਕੇ ਨਹੀਂ ਜਾਣਾ If you enjoyed this video, be sure to check out the full podcast on our second channel, BOS TV. And don't forget to like, share, and subscribe. Let's get it to 10k subs.